ਹਾਂ ਬੇਟਾ, ਤਾਂ ਨਵੋਦਿਆ ਦਾਖਲਾ ਦੀ ਤਿਆਰੀ ਅਧੀਨ ਅਸੀਂ 2.7 ਅਭਿਆਸ ਦੇ 2 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਕਹਿੰਦਾ ਹੱਲ ਕਰੋ ਅਤੇ ਪੜਤਾਲ ਕਰੋ। ਤਾਂ ਬੇਟਾ ਇਹ ਹੁਣ ਇਹਦਾ ਇੱਕ ਫਾਇਦਾ 54,598 ਭਾਗ 12। ਤਾਂ 12 ਦਾ ਪਹਾੜਾ 54 ਤੱਕ ਪੜ੍ਹੋ ਪੁੱਤ। 12 ਚੌਕ 48, ਠੀਕ ਹੈ, 6 54 ਆ ਗਏ। ਤਾਂ 6 ਅਤੇ ਉੱਤੋਂ ਲਾ ਲਿਆ ਅਸੀਂ 5 ਆ, 12 5 60। ਫਿਰ ਬੇਟਾ ਇੱਥੇ 5 ਬਾਕੀ ਬਚ ਗਏ, 0 ਦੀ 0 ਆ ਗਈ, ਉੱਤੋਂ ਲਾ ਲਿਆ ਆਪਾਂ 9 ਆ, 12 ਚੌਕ 48 ਅਤੇ 9 ਚੋਂ 8 ਗਏ 1, 5 4 ਗਏ 1, 1 ਉੱਤੋਂ ਲਾ ਲਿਆ 8 ਆ। ਤਾਂ 12 9 108, ਠੀਕ ਹੈ ਬੇਟਾ, ਬਾਕੀ ਬਚ ਗਏ 8 ਚੋਂ 8 ਗਏ 0, 1 ਚੋਂ 0 ਗਏ 1, ਬਾਕੀ ਬਚ ਗਏ 10। ਹੁਣ ਬੇਟਾ ਇਹਦਾ ਇੱਕ ਸੂਤਰ ਅਸੀਂ ਚੇਤੇ ਰੱਖਣਾ, ਨਾਲ ਅਸੀਂ ਪੜਤਾਲ ਵੀ ਕਰਨੀ ਆ, ਠੀਕ ਹੈ। ਤਾਂ ਇਹਦਾ ਅਸੀਂ ਇੱਕ ਸੂਤਰ ਚੇਤੇ ਰੱਖਣਾ ਆ, ਉਹ ਸੂਤਰ ਕੀ ਹੈ ਬੇਟਾ, ਜਿਹੜੀ ਰਕਮ ਨਾਲ ਅਸੀਂ ਭਾਗ ਕਰਦੇ ਹੁੰਦੇ ਇਹਨੂੰ ਕਹਿੰਦੇ ਆ ਭਾਜਕ। ਕੀ ਕਹਿੰਦੇ ਆ? ਭਾਜਕ। ਜਿਹੜੀ ਰਕਮ ਦੇ ਨਾਲ ਅਸੀਂ ਭਾਗ ਕਰਦੇ ਹੁੰਦੇ ਉਹਨੂੰ ਕੀ ਕਹਿੰਦੇ? ਭਾਜਕ। ਇੱਥੇ 12 ਭਾਜਕ ਆ। ਜਿਹੜੀ ਰਕਮ ਬੇਟਾ ਵਿੱਚ ਹੁੰਦੀ ਆ ਇਹਨੂੰ ਕਹਿੰਦੇ ਆ ਭਾਜ। ਕੀ ਕਹਿੰਦੇ ਆ? ਭਾਜ। ਅਤੇ ਜਿਹੜਾ ਇਹਦਾ ਉੱਤਰ ਆਉਂਦਾ ਇਹਨੂੰ ਕਹਿੰਦੇ ਆ ਭਾਜ ਫਲ। ਇਹਨੂੰ ਕੀ ਕਹਿੰਦੇ ਆ? ਭਾਜ ਫਲ, ਠੀਕ ਹੈ ਬੇਟਾ। ਅਤੇ ਜਿਹੜਾ ਬਾਕੀ ਬਚਦਾ ਇਹਨੂੰ ਕਹਿੰਦੇ ਆ ਬਾਕੀ। ਹੁਣ ਬੇਟਾ ਇੱਥੇ ਇੱਕ ਸੂਤਰ ਚੇਤੇ ਰੱਖਣਾ ਆ ਤੁਸੀਂ, ਭਾਜਕ ਬਰਾਬਰੇ ਭਾ, ਇਹਦਾ ਸੂਤਰ ਤੁਸੀਂ ਕੀ ਚੇਤੇ ਰੱਖਣਾ? ਭਾਜ ਬਰਾਬਰੇ, ਭਾਜ ਬਰਾਬਰੇ ਭਾਜਕ ਭਾਜਕ ਗੁਣਾ ਭਾਜ ਫਲ ਜਮਾ ਬਾਕੀ। ਤਾਂ ਬੇਟਾ ਇਹ ਖੱਬਾ ਪਾਸਾ ਅਤੇ ਸੱਜਾ ਪਾਸਾ ਬਰਾਬਰ ਹੋ ਜਾਣਗੇ। ਤਾਂ ਭਾਜ ਕਿਹੜੀ ਹੈ? 54,598 ਬਰਾਬਰੇ। ਭਾਜ ਕਿੰਨਾ? 12। ਗੁਣਾ ਭਾਜ ਫਲ ਕਿੰਨਾ? 4,549 ਜਮਾਂ ਬਾਕੀ ਕਿੰਨੇ ਆ? 10। ਤਾਂ ਬੇਟਾ ਅਵਾਰਡ ਮਾਸ ਰੂਲ ਤੁਹਾਨੂੰ ਅੱਗੇ ਵੀ ਦੱਸਿਆ ਸੀ, ਪਹਿਲਾਂ ਗੁਣਾ ਕਰਾਂਗੇ ਇਹਨੂੰ ਆਪਾਂ, ਠੀਕ ਹੈ। ਇਹ ਉੱਤਰ ਦੀ ਪੜਤਾਲ ਕਰ ਰਹੇ ਹਾਂ ਅਸੀਂ, ਤਾਂ ਆਪਾਂ ਇਹਨੂੰ ਇਹਦੇ ਨਾਲ ਗੁਣਾ ਕਰ ਲੈਂਦੇ ਹਾਂ। ਜਾਂ ਤਾਂ ਤੁਸੀਂ ਬੇਟਾ ਜੇ 12 ਦਾ ਪਹਾੜਾ ਆਉਂਦਾ ਫਿਰ ਸੌਖੀ ਗੁਣਾ ਹੋ ਜਾਂਦੀ ਹੈ, ਨਹੀਂ ਤਾਂ ਫਿਰ ਸਾਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ। ਅਸੀਂ 12 ਦੇ ਪਹਾੜੇ ਨਾਲ ਸਿੱਧੀ ਕਰਦੇ ਹਾਂ। 12 9 108 ਬੇਟਾ,
ਇੱਥੇ ਜਮਾ 10 ਤਾਂ ਉਵੇਂ ਹੀ ਆ ਜਾਣੇ ਨਾ, ਆਹ ਤਾਂ ਗੁਣਾ ਹੱਲ ਕਰਦੇ ਪਏ ਆਪਾਂ, ਠੀਕ ਹੈ, ਆ ਜਮਾ 10 ਤਾਂ ਇੱਦਾਂ ਹੀ ਰਹਿ ਜਾਣੇ ਆ, ਇਹ ਵੱਖਰੇ ਆ। ਬਾਹਰੋਂ ਨਾਇਆ 108 ਹਾਂਸਲ ਆ ਗਏ ਬੇਟਾ ਸਾਡੇ ਕੋਲ, ਇੱਥੇ ਪਾਸੇ 'ਤੇ ਲਿਖ ਲੈਂਦੇ ਜਾਂ ਇੱਥੇ ਉੱਪਰ ਲਿਖ ਲੈਂਦੇ ਹਾਂ, ਹਾਂਸਲ ਆ ਗਏ ਪਹਿਲੀ ਵਾਰੀ ਦਾਸ, 100 ਬਾਹਰੋਂ ਨਾਇਆ 108 8 ਇੱਥੇ ਆ ਗਿਆ, ਦਾਸ ਹਾਂਸਲ ਆ ਗਏ, ਬਾਹਰੋਂ ਚੌਕ 48 ਅਤੇ ਦਾਸ 58 ਹਾਂਸਲ ਆ ਗਏ 5, ਅਗਲੀ ਵਾਰੀ ਹਾਂਸਲ ਕਿੰਨੇ ਆ ਗਏ 5, ਬਾਹਰੋਂ 5 ਹੀ 60, 60 ਅਤੇ 5 65, 65 ਦੇ ਵਿੱਚੋਂ ਹਾਂਸਲ ਕਿੰਨੇ ਆ ਗਏ 6, ਬਾਹਰੋਂ ਚੌਕ 48, 48 ਅਤੇ 6 54, ਠੀਕ ਹੈ ਤਾਂ ਬੇਟਾ ਇਹ ਆ ਗਿਆ 54,588 ਜਮ੍ਹਾਂ 10, ਤਾਂ ਇਹ ਬਣ ਗਿਆ ਬੇਟਾ 54,588 ਜਮ੍ਹਾਂ 10 54,598, ਅਤੇ ਆਹ ਵੀ ਦੇਖੋ ਬੇਟਾ 54,598 ਹੀ ਸੀ ਨਾ, ਤਾਂ 54,598 ਇਹ ਬੇਟਾ ਸਾਡੀ ਉੱਤਰ ਦੀ ਪੜਤਾਲ ਹੋ ਗਈ, ਦੋਵੇਂ ਪਾਸੇ ਬਰਾਬਰ ਆ ਗਏ, ਭਾਜ ਬਰਾਬਰੇ ਭਾਜਕ ਗੁਣਾ ਭਾਜ ਫਲ ਜਮ੍ਹਾਂ ਬਾਕੀ, ਤਾਂ ਇਹ ਬੇਟਾ ਸਵਾਲ 2 ਦਾ ਪਹਿਲਾ ਭਾਗ ਸੀਗਾ। ਅਗਲੇ ਸਵਾਲ ਜਿਹੜੇ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ, ਮੇਰਾ ਖਿਆਲ ਆ ਤੁਹਾਨੂੰ ਕੰਸੈਪਟ ਕਲੀਅਰ ਹੋ ਗਿਆ, ਤਾਂ ਤੁਸੀਂ ਬੇਟਾ ਆਪ ਵੀ ਇਹ ਸਵਾਲ ਕੱਢਣੇ ਆ, ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਬੇਟਾ ਜੀ।